ਮੁੱਖ ਮੰਤਰੀ ਵੱਡੇ ਅਫਸਰਾਂ ਨੂੰ ਬੇਨਤੀ ਕਰਦਾ ਵਾਂ ਵੀ ਇਹਦੀ ਜਾਂਚ ਪੜਤਾਲ ਕਰਕੇ ਸੱਚ ਸਾਹਮਣੇ ਲਿਆਂਦਾ ਜਾਵੇ ਅਤੇ ਮੈਨੂੰ ਇਨਸਾਫ ਦਿੱਤਾ ਜਾਵੇ, ਮੇਰੇ ਨਿੱਕੇ ਨਿੱਕੇ ਬੱਚਿਆਂ ਨੂੰ ਇਨਸਾਫ ਦਿੱਤਾ ਜਾਵੇ। ਬਸ ਮੈਂ ਇਹੋ ਗੁਜ਼ਾਰਿਸ਼ ਕਰਦਾ, ਮੈਨੂੰ ਤੰਗ ਨਾ ਕੀਤਾ ਜਾਵੇ, ਮੈਨੂੰ ਬੜਾ ਪੁਲਿਸ ਤੰਗ ਕਰਨ ਡੀ ਜੇ ਬੜਾ ਜ਼ਿਆਦਾ। ਪਤਨੀ ਦੇ ਕਤਲ ਤੋਂ ਬਾਅਦ ਪਤੀ ਬੇਬਸ ਹੈ, ਉਸਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ। ਘਰ ਦੇ ਵਿੱਚ ਵੜ ਕੇ ਇੱਕ ਔਰਤ ਦਾ ਕਤਲ ਕੀਤਾ ਗਿਆ ਸੀ, ਗੋਲੀਆਂ ਦੇ ਨਾਲ ਉਸਨੂੰ ਮਾਰਿਆ ਗਿਆ ਸੀ। ਉਸਦੇ 4 ਮਹੀਨੇ ਦਾ ਬੇਟਾ ਤੇ 4 ਸਾਲ ਦੀ ਬੇਟੀ ਹੈ। ਘਰ ਦੇ ਵਿੱਚ ਵੜ ਕੇ ਔਰਤ ਦਾ ਕਤਲ ਕੀਤਾ ਗਿਆ ਸੀ ਤਾਂ ਪੀੜਤ ਪਤੀ ਦੇ ਵੱਲੋਂ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਗਏ ਨੇ। ਉਸਨੇ ਕਿਹਾ ਕਿ ਮੈਨੂੰ ਅਤੇ ਮੇਰੇ ਸਾਥੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਅੰਮ੍ਰਿਤਸਰ ਦੇ ਰਾਜਾ ਸਾਂਸੀ ਦਾ ਇਹ ਮਾਮਲਾ ਸੀ। DSP ਨੇ ਕਿਹਾ ਕਿ ਵੱਖ ਵੱਖ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਔਰਤ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਸੀ, ਜਿਸ ਦੌਰਾਨ ਔਰਤ ਆਪਣੇ 4 ਮਹੀਨੇ ਦੇ ਬੱਚੇ ਨਾਲ ਘਰ ਦੇ ਵਿੱਚ ਇਕੱਲੀ ਸੀ। ਇਸ ਸੰਬੰਧੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ, ਪਰ ਹਾਲੇ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ। ਤਾਂ ਪੀੜਤ ਪਤੀ ਤੇ ਉਸਦੇ ਸਾਥੀਆਂ ਨੂੰ ਥਾਣੇ ਦੇ ਵਿੱਚ ਬੁਲਾ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਜਿਸ ਨੂੰ ਲੈ ਕੇ ਪੀੜਤ ਪਤੀ ਆਪਣੇ ਬੱਚਿਆਂ ਅਤੇ ਮਾਤਾ ਪਿਤਾ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਅੱਗੇ ਇਨਸਾਫ ਦੀ ਗੁਹਾਰ ਲਗਾ ਰਿਹਾ। 8 ਤਰੀਕ ਜੁਲਾਈ ਨੂੰ ਮੇਰੇ ਘਰ ਕਿਨਾਲੇ ਦਾ ਆਏ 2 ਬੰਦੇ, ਇੱਕ ਗਿਆਨੀ ਅਤੇ ਇੱਕ ਮੋਨਾ। ਉਹਨਾਂ ਦੋਵਾਂ ਕੋਲ ਪਿਸਤੌਲ ਸੀ, ਤੋ ਮੇਰੇ ਘਰ ਆ ਕੇ ਗਾਣਾ ਕੱਢਣ ਲੱਗ ਪਏ। ਮੇਰੀ ਵਾਈਫ ਨੂੰ ਕਹਿੰਦੇ ਵੀ ਬਾਹਰ ਕੱਢ ਆਪਣੇ ਦਿਓਰ ਨੂੰ ਅਤੇ ਆਪਣੇ ਭਰਾ ਨੂੰ, ਆਪਣੇ ਘਰ ਵਾਲੇ ਨੂੰ, ਵੀ ਕਿਨਾਲੇ ਦਾ ਰਾਤ ਦੇ ਲੁਕੇ ਆ, ਇੰਨੀਆਂ ਕਾਲਾਂ ਕੀਤੀਆਂ ਬਾਹਰ ਨਹੀਂ ਨਿਕਲੇ। ਉਹ ਕਿਨਾਲੇ ਦਾ ਉਹ ਵੀ ਗਾੜੀਓਂ ਗਾਲਾਂ ਕੱਢਣ ਲੱਗ ਪਈ ਉਹਨਾਂ ਨੂੰ। ਉਹਨਾਂ ਨੂੰ ਕਹਿੰਦੀ ਵੀ ਤੁਹਾਡਾ ਜਵਾਈ ਦਫਤਰੇ ਬੈਠਾ ਜੇ, ਉੱਥੇ ਚੱਲ ਜਾਓ। ਅਤੇ ਕਿਨਾਲੇ ਦਾ ਉਹਨੂੰ ਗੋਲੀਆਂ ਮਾਰ ਕੇ ਚੱਲ ਗਏ, ਮੇਰੀ ਵਾਈਫ ਨੂੰ ਗੋਲੀਆਂ ਮਾਰ ਕੇ ਚੱਲ ਗਏ। ਉਹਦੀ ਕਾਲ ਆਈ ਮੈਨੂੰ ਉਹ ਤੋਂ ਪਹਿਲਾਂ, ਉਹਨੇ ਮੈਨੂੰ ਕਿਹਾ ਵੀ 2 ਜਣੇ ਆਏ ਆ, ਮੋਨਾ ਅਤੇ ਸਰਦਾਰ, ਮੈਨੂੰ ਕਿਨਾਲੇ ਦਾ ਪਤਾ ਨਹੀਂ ਕੌਣ ਆ। ਅਤੇ ਦੋਵੇਂ ਜਣੇ ਪਿਸਤੌਲ ਵਿਖਾਉਂਦੇ ਸੀ ਅਤੇ ਕਹਿੰਦੇ ਸੀ ਵੀ ਕਿਨਾਲੇ ਦਾ ਤੇਰੇ ਘਰ ਵਾਲੇ ਨੂੰ ਅਤੇ ਤੇਰੇ ਦਿਓਰ ਨੂੰ ਮਾਰਨਾ। ਅਤੇ ਕਿਨਾਲੇ ਦਾ ਮੈਂ ਉਹਨੂੰ ਫਿਰ ਪੁੱਛਿਆ ਵੀ ਹਜੇ ਇੱਥੇ ਹੀ ਆ ਕੇ ਚੱਲ ਗਏ ਆ, ਕਹਿੰਦੇ ਵੀ ਚੱਲ ਗਏ ਆ। ਅਤੇ ਮੈਂ ਕਿਹਾ ਚੱਲ ਕੋਈ ਨਹੀਂ, ਮੈਂ ਥਾਣੇ ਰਿਪੋਰਟ ਦੇ ਕੇ ਆਉਂਦਾ ਵਾਂ ਅਤੇ ਮੈਂ ਆਉਂਦਾ ਹਾਂ। ਉਹ 'ਚ ਵਾਰੀ ਮੈਨੂੰ ਕਹਿੰਦੀ ਰਹੀ ਆ ਜਾਓ, ਅਤੇ ਮੈਂ ਕਿਹਾ ਨਹੀਂ ਮੈਂ ਆਉਂਦਾ ਰਿਪੋਰਟ ਦੇ ਕੇ। ਅਤੇ ਮੈਂ ਮੁੜ ਕੇ ਕਿਨਾਲੇ ਦਾ ਦਫਤਰੋਂ ਆਪਣੇ ਨਿਕਲ ਕੇ ਦਿਆਲ ਪ੍ਰਧਾਨ ਨੂੰ ਫੋਨ ਕੀਤਾ, ਮੈਂ ਕਿਹਾ ਇੱਦਾਂ ਸਰ ਮੇਰੀ ਨਾ ਵਾਈਫ ਨੂੰ ਮਤਲਬ ਧਮਕੀਆਂ ਲਾ ਕੇ ਗਏ ਆ ਅਤੇ ਮੇਰੇ ਨਾਲ ਚੱਲੋ ਥਾਣੇ। ਅਤੇ ਉਹ ਮੈਨੂੰ ਕਹਿੰਦਾ ਵੀ ਮੈਂ ਥੋੜ੍ਹਾ ਜਿਹਾ ਬਿਜ਼ੀ ਹਾਂ, ਮੈਂ SHO ਨੂੰ ਫੋਨ ਕਰਤਾ ਅਜੇ ਪਾਲ ਨੂੰ, ਅਤੇ ਤੂੰ ਉਹਨੂੰ ਜਾ ਕੇ ਮਿਲ ਲਾ, ਉਹ ਤੇਰੀ ਗੱਲ ਸੁਣਦਾ ਆ। ਅਤੇ ਮੈਂ ਉਹਨੂੰ ਕਿਹਾ ਵੀ ਸਰ ਮੇਰੇ ਨਾਲ ਚੱਲੋ, ਮੇਰੇ ਨਾਲ ਮੇਰਾ ਦੋਸਤ ਸੀ ਮੁੰਡਾ ਹਣੀ, ਅਤੇ ਫਿਰ ਮੈਂ ਅਤੇ ਮੇਰਾ ਦੋਸਤ ਹਣੀ ਮੁੰਡਾ ਅਤੇ ਲਾਰਾ ਵੀਰ, ਅਸੀਂ ਤਿੰਨੇ ਜਣੇ ਥਾਣੇ ਚੱਲ ਗਏ। ਥਾਣੇ ਗਏ ਹਾਂ ਅਤੇ ਕਿਨਾ ਦਾ DSP ਦੇ ਅੰਦਰ ਕਮਰੇ ਦੇ ਵਿੱਚ 10-12 ਜਣੇ ਬੈਠੇ ਸੀ ਨਿਹੰਗ। ਉਹਨਾਂ ਮੈਂ ਅੰਦਰ ਚੱਲਿਆ ਤਾਂ ਉਹਨੇ ਮੈਨੂੰ ਹੱਥ ਨਾਲ ਇੱਦਾਂ ਕਰਤਾ ਵੀ ਰੁਕ ਜਾਓ, 15-20 ਮਿੰਟ ਲੱਗ ਗਏ। ਅਤੇ ਉਹ ਤੋਂ ਬਾਅਦ ਮੈਂ ਕਿਨਾ ਦਾ 15 ਕੁ ਮਿੰਟਾਂ ਬਾਅਦ ਫਿਰ ਮੈਂ ਆਪਣੀ ਵਾਈਫ ਨੂੰ ਕਾਲ ਕੀਤੀ ਵੀ ਕਿਨਾਲੇ ਦਾ ਪੁੱਛਾਂ ਤਾਂ ਸਹੀ ਠੀਕ ਆ। ਉਹਨੂੰ ਇੱਕ ਕਾਲ ਕੀਤੀ, ਉਹਨੇ ਨਹੀਂ ਚੁੱਕਿਆ, ਦੂਜੀ ਕੀਤੀ ਨਹੀਂ ਚੁੱਕਿਆ, ਜਦੋਂ ਤੀਜੀ ਕੀਤੀ ਕਾਲ ਉਹਨੇ ਨਹੀਂ ਚੁੱਕਿਆ। ਮੇਰੇ ਘਬਰਾਹਟ ਹੋਣ ਲੱਗ ਪਈ, ਮੇਰਾ ਦੋਸਤ ਜਿਹੜਾ ਨਾਲ ਹੀ ਹਣੀ ਮੁੰਡਾ ਉਹਨੂੰ ਮੈਂ ਭੇਜਿਆ, ਮੈਂ ਕਿਹਾ ਜਾ ਆਪਣੀ ਭਾਬੀ ਨੂੰ ਵੇਖ, ਸਾਡਾ ਥਾਣੇ ਦੇ ਘਰ ਦੇ ਲਾਗੇ ਘਰ ਆ ਵੀ ਥੋੜ੍ਹਾ ਜਿਹਾ ਦੂਰ ਪੈਂਦਾ ਕਲੋਨੀ। ਅਤੇ ਉਹ ਮੁੰਡਾ ਆਇਆ, ਉਹਨੇ ਵੇਖਿਆ ਉੱਤੇ ਥੱਲੇ ਸਾਰਾ ਕੁਝ, ਉਹਨੇ ਲਾਰੀ ਵੀਰ ਨੂੰ ਫੋਨ ਕੀਤਾ ਵੀ ਕਿਨਾਲੇ ਦਾ ਇੱਦਾਂ ਸੱਟ ਲੱਗ ਗਈ ਆ ਭਾਬੀ ਦੇ। ਅਤੇ ਮੈਂ ਮੁੜ ਕੇ ਉਸੇ ਵੇਲੇ ਮੈਂ ਵੀ ਹਣੀ ਨੂੰ ਫੋਨ ਕੀਤਾ, ਮੈਂ ਹਣੀ ਕਿੱਥੇ ਸੱਟ ਲੱਗੀ ਆ? ਕਹਿੰਦਾ ਕਿਨਾਲੇ ਦਾ ਦੱਸਦਾ ਆ, ਦੱਸਦਾ। ਮੈਂ ਕਿਹਾ ਦੱਸ ਦੇ ਯਾਰ ਕਿੱਥੇ ਲੱਗੀ, ਮੇਰਾ ਰੋਣ ਨਿਕਲ ਗਿਆ।
ਅਤੇ ਫਿਰ ਕਿਨਾਂ ਦਾ ਉਸੇ ਵੇਲੇ ਮੈਂ ਅਤੇ ਬੱਬੂ ਕਿਨਾਂ ਦਾ ਸਾਡੇ ਘਰ ਆ ਗਏ ਅਤੇ ਹਣੀ ਉੱਧਰ ਨੂੰ ਜਾਣ ਡਿਆ ਸੀ। ਉਹਨੇ ਸਾਡੇ ਕੋਠੇ ਤੋਂ ਵੇਖਿਆ ਵੀ ਦੋ ਜਣੇ ਸਾਡੇ ਘਰ ਦੇ ਸਾਹਮਣੇ ਪਰਲੇ ਬੰਨੇ ਕਾਲੇ ਪਰਨੇ ਵਲੇਟੇ ਮੂੰਹ ਸਿਰ ਵਲੇਟਿਆ ਅਤੇ ਇਹਨੂੰ ਵੇਖ ਕੇ ਭੱਜ ਗਏ। ਉੱਧਰੋਂ ਇਹ ਵੀ ਭੱਜ ਆਇਆ, ਇਹਨੂੰ ਵੀ ਆਪਣੀ ਜਾਣਦਾ ਸੀ ਵੀ ਕਿਨਾਲੀ ਦਾ ਮੈਂ ਇਕੱਲਾ ਵਾਂ ਅਤੇ ਕਿਨਾਂ ਦਾ ਕਿਤੇ ਮੇਰਾ ਨਾ ਸੀਨ ਕਰ ਦੇਣ। ਅਤੇ ਉੱਧਰ ਨੂੰ ਆਉਣ ਡਿਆ ਵਾਪਸ, ਉੱਧਰੋਂ ਮੈਂ ਅਤੇ ਕਿਨਾਲੀ ਦਾ ਬੱਬੂ ਕਿਨਾਲੀ ਦਾ ਆਉਣ ਡਿਆ ਅਤੇ ਲਾਰਾ ਵੀਰ ਵੀ ਪਿੱਛੇ ਆਉਣ ਡਿਆ ਅਤੇ ਆਪਾਂ ਘਰ ਆ ਗਏ ਸਿੱਧਾ ਹੀ। ਅਤੇ ਇਹਨੇ ਰੋਕਿਆ ਮੈਨੂੰ ਰਾਹ 'ਚ ਹਣੀ ਨੇ ਵੀ ਨਹੀਂ ਨਹੀਂ ਪੁਲਿਸ ਨੂੰ ਨਾਲ ਲੈ ਕੇ ਆ। ਮੈਂ ਕਿਹਾ ਨਹੀਂ ਨਹੀਂ ਮੇਰੀ ਵਾਈਫ ਨੂੰ ਸੱਟਾਂ ਲੱਗੀਆਂ। ਇਹਨੇ ਮੈਨੂੰ ਰਾਹ 'ਚ ਹੀ ਉੱਥੇ ਕਹਿ ਦਿੱਤਾ ਵੀ ਨਹੀਂ ਸੱਟਾਂ ਨਹੀਂ ਲੱਗੀਆਂ, ਗੋਲੀ ਵੱਜੀ ਆ। ਹਾਂਜੀ, ਇੱਕ ਗਿਆਨੀ ਅਤੇ ਇੱਕ ਕਿਨਾਲੀ ਦਾ ਮੋਨਾ ਸੀ, ਕਹਿੰਦੀ ਮੁੰਡਾ ਦੋ ਅੱਗੇ ਆਏ ਅਤੇ ਬਾਕੀਆਂ ਦਾ ਉਹਨੇ ਨਾਂ ਲਿਆ ਵਾ, ਫਿਰੋਜ਼, ਸਾਹਿਲ, ਸਾਜਨ, ਲਵ। ਇਹ ਕਹਿੰਦੇ ਆ ਵੀ ਕਿਨਾਲੀ ਦਾ ਉਹਨੂੰ ਨਾਵਾਂ ਦਾ ਨਹੀਂ ਸੀ ਪਤਾ। ਮੈਂ ਆਪਣੀ ਨਾਲ ਦੀ ਨੂੰ ਕਿਨਾਲੀ ਦਾ ਜਿਨੋਂ ਦੀ ਇਹਨਾਂ ਦੀ ਲੜਾਈ ਚੱਲਣ ਡੀ, ਮੈਂ ਆਪਣੀ ਨਾਲ ਦੀ ਨੂੰ ਫੋਟੋਆਂ ਵਿਖਾਈਆਂ ਵਾ ਵੀ ਆਹ ਮੁੰਡੇ ਦਾ ਨਾ ਹੀ, ਆਹ ਮੁੰਡੇ ਦਾ ਨਾ ਹੀ, ਜੇ ਇੱਧਰ ਕੋਈ ਆਵੇ ਆਪਣੀ ਕਲੋਨੀ 'ਚ ਤਾਂ ਮੈਨੂੰ ਦੱਸ ਦੀ ਅਤੇ ਸਾਵਧਾਨ ਰਹਿਣਾ ਇਹਨਾਂ ਤੋਂ। ਮੈਂ ਉਹਨਾਂ ਨੇ ਕਿਨਾਲੀ ਦਾ ਐੱਫ ਆਰ 'ਤੇ ਕੱਟਤੀ ਆ, ਪਰ ਉਲਟਾ ਇਲਜ਼ਾਮ ਮੇਰੇ 'ਤੇ ਲਾਈ ਜਾਣ ਡੇ, ਮੇਰੇ 'ਤੇ ਲਾਈ ਜਾਂਦੇ, ਮੈਨੂੰ ਹਰਾਸਮੈਂਟ ਕਰਨ ਡੇ, ਮੇਰੇ ਦੋਸਤਾਂ ਨੂੰ ਹਰਾਸਮੈਂਟ ਕਰਨ ਡੇ ਆ, ਪਰੇਸ਼ਾਨ ਕਰਨ ਡੇ ਆ, ਮੇਰੇ ਦੋਸਤਾਂ ਨੂੰ ਕਈਆਂ ਨੂੰ ਕਹਿਣ ਡੇ ਆ ਵੀ ਤੁਸੀਂ ਕਹਿ ਦਿਓ ਵੀ ਕਿਨਾਲੀ ਦਾ ਇੰਨੇ ਮਾਰੀ ਆ। ਇਸ ਤਰ੍ਹਾਂ ਹਰਾਸਮੈਂਟ ਕਰਦੇ ਆ? ਹਾਂਜੀ, ਰੋਜ਼ ਮੈਨੂੰ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕਿਨਾਂ ਦਾ ਪਾਉਂਦੇ ਅਤੇ ਇੱਕੋ ਸਵਾਲ 100-100 ਵਾਰੀ ਕਰਦੇ, ਇੱਕੋ ਸਵਾਲ। ਪਿੰਡ ਦੇ ਵਿੱਚ ਇਹ ਰੌਲਾ ਪਿਆ ਵਾ ਵੀ ਉਹਨਾਂ ਨੇ 10 ਲੱਖ ਰੁਪਇਆ ਲਿਆ ਵਾ, ਇਸ ਕਰਕੇ ਤੁਹਾਡੀ ਸੁਣਵਾਈ ਨਹੀਂ ਹੋਈ, ਤਾਦ ਕਰਕੇ ਤੁਹਾਨੂੰ ਤੰਗ ਕਰਨ ਡੇ ਆ। ਮਤਲਬ ਲੱਗਦਾ ਪੁਲਿਸ ਦੀ ਮਿਲੀ ਭੁਗਤਿਆ ਉਹਨਾਂ? ਹਾਂਜੀ 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 ਹਾਂਜੀ। ਕੀ ਮੰਗ ਕੀ ਕਰਦੇ ਜੋ? ਮੈਂ ਇਹੋ ਹੀ ਕਿਨਾਲੀ ਦਾ ਵੱਡੇ ਅਫਸਰਾਂ ਕੋਲ ਮੰਗ ਕਰਦਾ ਵਾ ਵੀ ਮੈਨੂੰ ਇਨਸਾਫ ਦਿੱਤਾ ਜਾਵੇ। ਇੱਕ ਵਿਰੋਧੀ ਧਿਰ ਨੇ ਕੁਝ ਮੇਰੇ ਨਿੱਕੇ ਨਿੱਕੇ ਬੱਚੇ ਆ ਤੁਹਾਡੇ ਤੇ, ਉਹਨਾਂ ਦਾ ਤੁਸੀਂ ਕੀ ਜਵਾਬ ਦੇਣਾ ਚਾਹੁੰਦੇ ਹੋ? ਹਾਂਜੀ, ਵਿਰੋਧੀ ਧਿਰ ਨੇ ਕੁਝ ਇਲਜ਼ਾਮ ਲਾਏ ਆ ਤੁਹਾਡੇ ਤੇ ਮੀਡੀਆ ਦੇ ਸਾਹਮਣੇ, ਹਾਂਜੀ, ਉਹਨਾਂ ਦਾ ਤੁਸੀਂ ਕੋਈ ਜਵਾਬ ਦੇਣਾ ਚਾਹੁੰਦੇ ਜੀ? ਜਿਹੜੀ ਆ ਲਵ ਦੀ ਮਾਂ ਨੇ ਵੀਡੀਓ ਪਾਈ ਆ ਵੀ ਮੇਰਾ ਮੁੰਡਾ ਬੂਟ ਪਾਉਣ ਡਿਆ ਵਾ, ਉਹਦੇ ਮੁੰਡੇ ਨੇ ਬੂਟ ਪਾਏ ਆ, ਉੱਦਾਂ ਆ ਕੇ ਬੈਠਾ ਆ, ਆਪ ਕੈਮਰੇ ਵੱਲ ਬਾਰ ਬਾਰ ਵੇਖਣ ਡਿਆ ਵਾ। ਹਾਂਜੀ, ਅਤੇ ਫਿਰ ਕਿਨਾਲੀ ਦਾ ਕਹਿ ਉਹ ਕਹਿੰਦਾ ਵੀ ਇਹਦੀ ਘਰ ਦੀ ਨਿਸ਼ਾਨ ਨੂੰ ਕਿੱਦਾਂ ਜਾਣਦੀ ਸੀ, ਉਹਨੇ ਨਿਸ਼ਾਨ ਨਾ ਲਿਆ, ਮੇਰੀ ਨਾਲ ਦੀ ਨੇ ਨਿਸ਼ਾਨ ਨਾ ਲਿਆ ਹੀ ਨਹੀਂ ਆ। ਉਹਨੇ ਕਿਹਾ ਗਿਆਨੀ ਆਇਆ, ਇਹ ਤਾਂ ਆਪ ਨਿਸ਼ਾਨ ਨਾ ਲੈਣ ਡੇ ਆ। ਫਿਰ ਇਹਦੇ ਕਿਨਾਲੀ ਦਾ ਮਾਂ ਨੇ ਅਤੇ ਭਰਾ ਨੇ, ਇਹਦੀ ਮਾਂ ਲਵ ਦੀ, ਇਹਦੀ ਲਵ ਦੀ ਮਾਤਾ ਨੇ ਅਤੇ ਉਹਦੀ ਨਿਸ਼ਾਨ ਦੀ ਮਾਤਾ ਨੇ ਕਿਹਾ ਸਾਡੇ ਦੋਵੇਂ ਮੁੰਡੇ ਇਕੱਠੇ ਸੀ। ਹਾਂਜੀ, ਪਾਉਣ ਡੇ ਆ ਵੀਡੀਓ ਉੱਥੋਂ 12:51 ਦੀ, ਅਤੇ ਸੀਨ ਹੋਇਆ ਵਾ 12 ਵਜੇ, 10 ਮਿੰਟਾਂ 'ਚ ਭਾਅ ਜੀ ਢਾਈ ਗਰਾ ਕਲੋਨੀ ਬੰਦਾ ਪਹੁੰਚ ਜਾਂਦਾ ਵਾ। ਉਸ ਦੀ ਮਾਂ ਨੇ ਕਿਹਾ ਵੀ ਨਿੱਕਾ ਮੋਟਾ ਝਗੜਾ ਸੀ, ਮੈਨੂੰ 70-80 ਕਾਲਾਂ ਕੀਤੀਆਂ ਗਈਆਂ, ਮੇਰੇ ਵਟਸਐਪ 'ਤੇ ਵੇਖੋ, ਮੈਨੂੰ ਬੜਾ ਪਰੇਸ਼ਾਨ ਕੀਤਾ ਗਿਆ, ਵੀਡੀਓ ਕਾਲਾਂ ਵੀ ਘਰੋਂ ਬਾਹਰ ਨਿਕਲ ਤੈਨੂੰ ਮਾਰ ਦੇਣਾ। ਵੇਖੋ ਭਾਅ ਜੀ ਸਾਰੀਆਂ ਕਾਲਾਂ ਉਹਨਾਂ ਦੀਆਂ ਜੀ, ਸਾਰੀਆਂ ਇਹ ਲਵ ਨੇ ਮੈਨੂੰ ਕੀਤੀਆਂ ਸਾਰੀਆਂ ਕਾਲਾਂ, ਅਤੇ ਕੁਛ ਵਿੱਚ 2-3 ਸਾਜਨ ਨੇ ਕੀਤੀਆਂ ਵੀ ਕਿਨਾਲੀ ਦਾ ਤੈਨੂੰ ਅੱਜ ਛੱਡਣਾ ਨਹੀਂ ਆ, ਮੈਨੂੰ ਬੜਾ ਪਰੇਸ਼ਾਨ ਇਹਨਾਂ ਨੇ ਕੀਤਾ ਅਤੇ ਮੈਂ ਪਰੇਸ਼ਾਨ ਹੋ ਗਿਆ ਇਹਨਾਂ ਤੋਂ। ਹਾਂਜੀ, ਗੇਮ ਮੇਰੀ ਪੈਣੀ ਸੀ ਭਾਜੀ, ਪਰ ਉਹਦੀ ਪੈ ਗਈ, ਗੇਮ ਮੇਰੀ ਪੈਣੀ ਸੀ, ਪੈ ਉਹਦੀ ਗਈ। ਅਤੇ ਪਹਿਲਾਂ ਵੀ ਲੜਾਈ ਹੋਈ ਸਾਡੇ ਭੰਨ ਤੋੜ ਕਰਕੇ ਗਏ ਘਰਾਂ ਵਿੱਚ, ਉਦੋਂ ਵੀ ਅਸੀਂ ਦਰਖਾਸਤ ਦਿੱਤੀ ਆ, ਸਾਡੀ ਨਹੀਂ ਕੋਈ ਇਹਨਾਂ ਸੁਣੀ ਵੀ, ਅਤੇ ਹੁਣ ਮੇਰੀ ਨੂੰਹ ਨੂੰ ਘਰ ਆਣ ਕੇ ਗੋਲੀਆਂ ਮਾਰ ਗਏ ਆ, ਇਕੱਲੀ ਨੂੰ ਨਿੱਕਾ ਜਿਹਾ ਬੇਟਾ ਸੀ 4 ਮਹੀਨਿਆਂ ਦਾ, ਅਤੇ ਇਕੱਲੀ ਨੂੰ ਵੇਖ ਕੇ ਅਤੇ ਗੋਲੀਆਂ ਮਾਰ ਕੇ ਮਾਰ ਗਏ ਆ, ਅਤੇ ਮੈਨੂੰ ਇਨਸਾਫ ਚਾਹੀਦਾ, ਨਿੱਕੇ ਨਿੱਕੇ ਬੱਚੇ ਆ ਸਾਡੇ। ਮੈਂ ਮੰਗ ਕਰਦੀ ਵੀ ਸਾਨੂੰ ਇਨਸਾਫ ਚਾਹੀਦਾ, ਮੇਰੇ ਬੱਚਿਆਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ, ਪਰੇਸ਼ਾਨ ਬੜੇ ਕਰਨ ਡਏ ਆ, ਇਹਨਾਂ 'ਤੇ ਸੁੱਟੀ ਜਾਂਦੇ ਪ੍ਰੈਸ਼ਰ ਵੀ ਇਹਨਾਂ ਹੀ ਕੀਤਾ ਵਾ। ਇਹ ਜੀ ਵਾਰਡ ਨੰਬਰ 4 'ਚ 8 ਜੁਲਾਈ ਨੂੰ ਜਿਹੜਾ ਕਤਲ ਹੋਇਆ, ਜਿਸ ਦੇ ਤਹਿਤ 61 ਨੰਬਰ ਮੁਕੱਦਮਾ ਥਾਣਾ ਰਾਜਾ ਸਾਂਸੀ ਵਿੱਚ ਦਰਜ ਕੀਤਾ ਗਿਆ ਸੀ,
ਉਸਦੀ ਇਨਵੈਸਟੀਗੇਸ਼ਨ 'ਚ ਬਹੁਤ ਸੀ ਗੱਲਾਂ ਸਾਹਮਣੇ ਆਈਆਂ ਨੇ ਸਾਡੇ, ਅਤੇ ਅਸੀਂ ਵਿਦਆਊਟ ਐਨੀ ਰੀਜ਼ਨ ਕਿਸੇ ਨੂੰ ਡਾਊਟ ਨਹੀਂ ਕਰ ਰਹੇ, ਅਸੀਂ ਇਹਨੂੰ ਹਰ ਐਂਗਲ ਤੋਂ ਵੈਰੀਫਾਈ ਕਰ ਰਹੇ ਹਾਂ। ਜੇ ਸਾਡੇ ਸਾਹਮਣੇ ਉਹਨਾਂ ਦੇ ਮੋਬਾਈਲ ਫੋਨਸ ਦੇ ਅਨੈਲਿਸਿਸ ਅਤੇ ਪੁਰਾਣੀ ਕੁਛ ਵੀਡੀਓਜ਼ 'ਚੋਂ ਕੁਛ ਗੱਲਾਂ ਸਾਹਮਣੇ ਆਈਆਂ ਨੇ, ਉਹਦੇ ਕਰਕੇ ਇਹ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹਰ ਐਂਗਲ 'ਤੇ ਇਹਨੂੰ ਵੈਰੀਫਾਈ ਕੀਤਾ ਜਾ ਰਿਹਾ। ਜਦੋਂ ਵੀ ਕੋਈ ਗੱਲ ਸਾਹਮਣੇ ਆਊਗੀ ਉਹ ਕਲੀਅਰ ਕਰ ਦਿੱਤੀ। ਇਹ ਜੀ ਦੂਜੀ ਧਿਰ 'ਤੇ ਜਿੰਨੀ ਕੁ ਗੱਲ ਸਾਹਮਣੇ ਸਾਡੇ ਆਈ ਸੀ, ਲੜਾਈ ਦੇ ਪਰਚੇ ਸੀਗੇ ਜਿਨ੍ਹਾਂ 'ਚ ਇਹਨਾਂ ਦਾ ਰਾਜ਼ੀਨਾਮਾ ਹੋ ਗਿਆ ਸੀ, ਅਤੇ ਉਸ ਤੋਂ ਬਾਅਦ ਦੂਜੀ ਧਿਰ ਤੋਂ ਵੀ 3 ਬੰਦੇ ਅਰੈਸਟ ਹੋਏ ਸੀਗੇ ਅਤੇ ਉਹਨਾਂ 'ਤੇ ਵੀ ਲਗਾਤਾਰ ਰੇਡ ਕੀਤੀਆਂ ਜਾ ਰਹੀਆਂ ਨੇ। ਬਟ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਸਾਹਮਣੇ ਬਹੁਤ ਸੀ ਗੱਲਾਂ ਆਈਆਂ ਨੇ, ਜੋ ਫੈਕਟ ਸਾਡੇ ਸਾਹਮਣੇ ਆਏ ਨੇ ਅਸੀਂ ਉਸ ਦੇ ਬੇਸਿਸ 'ਤੇ ਹਰ ਇੱਕ ਦੀ ਪੁੱਛਗਿੱਛ ਕਰ ਰਹੇ ਹਾਂ, ਅਤੇ ਇਹ ਅਸੀਂ ਇਨਵੈਸਟੀਗੇਸ਼ਨ ਨੂੰ ਇਸ ਤਰ੍ਹਾਂ ਹੀ ਜਾਰੀ ਰੱਖਾਂਗੇ। ਜਿਹਦੇ 'ਤੇ ਵੀ ਸਾਨੂੰ ਡਾਊਟ ਹੋਊਗਾ ਉਹਨੂੰ ਪੁੱਛਗਿੱਛ ਕੀਤੀ ਜਾਊਗੀ, ਅਤੇ ਜਿੱਦਾਂ ਵੀ ਸਾਨੂੰ ਕੁਛ ਕਲੀਅਰ ਹੁੰਦਾ ਉਹ ਤੁਹਾਨੂੰ ਦੱਸ ਦਿੱਤਾ ਜਾਵੇ। ਇਹਦੇ ਸੰਬੰਧੀ ਸਰ ਕੋਈ ਪ੍ਰੋਗਰੈਸ ਹੋਈ ਹੈ ਵੀ ਹੋਰ ਜਿਸ ਤਰ੍ਹਾਂ ਅੱਗੇ ਬੰਦੇ ਅਰੈਸਟ ਹੋਏ ਸੀ 2 ਜਾਂ 3 ਹੋਰ ਕੋਈ ਜਿਹੜੇ ਦੋਸ਼ੀ ਸੀ ਉਹਨਾਂ ਸੰਬੰਧੀ ਕੋਈ ਕਾਰਵਾਈ ਹੋਈ? ਜਿਹੜੇ ਤਾਂ 3 ਦੋਸ਼ੀ ਅਰੈਸਟ ਕੀਤੇ ਸੀ ਉਹ ਹਜੇ ਹੁਣ ਜੇਲ੍ਹ ਭੇਜੇ ਹੋਏ ਨੇ ਜੁਡੀਸ਼ੀਅਲ ਕਸਟਡੀ 'ਚ, ਅਤੇ ਉਹਨਾਂ ਦੀ ਪੁੱਛਗਿੱਛ 'ਚੋਂ ਜਿੰਨਾ ਸਾਡੇ ਸਾਹਮਣੇ ਆਇਆ ਉਸ ਦੇ ਬੇਸਿਸ 'ਤੇ ਅਸੀਂ ਹੋਰ ਅਲੱਗ ਅਲੱਗ ਜਗ੍ਹਾ 'ਤੇ ਰੇਡ ਕਰ ਰਹੇ ਹਾਂ, ਅਤੇ ਜਿਹੜੇ ਬਾਕੀ ਦੋਸ਼ੀ ਨੇ ਫਿਲਹਾਲ ਉਹਨਾਂ ਦੇ ਘਰਾਂ ਨੂੰ ਤਾਲੇ ਲੱਗੇ ਹੋਏ ਨੇ, ਉਹਨਾਂ ਦੇ ਫੈਮਿਲੀ ਮੈਂਬਰਸ ਵੀ ਇੱਥੇ ਪਿੰਡ 'ਚ ਮੌਜੂਦ ਨਹੀਂ ਹੈਗੇ। ਉਹਨਾਂ 'ਤੇ ਵੀ ਅਸੀਂ ਆਪਣੀ ਇੰਟੈਲੀਜੈਂਸ ਜਾਂ ਹੋਰ ਸੋਰਸਿਸ ਤੋਂ ਪਤਾ ਕਰ ਰਹੇ ਹਾਂ, ਜਿੱਦਾਂ ਹੀ ਸਾਨੂੰ ਕੋਈ ਪੱਕੀ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਉਸ ਪੁਆਇੰਟ 'ਤੇ ਜਾ ਕੇ ਰੇਡ ਕਰਕੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ।